ਅੱਜ ਜਿਹੜਾ ਨਾ ਅਸੀਂ ਬਣਾਉਣੀਆਂ ਨੇ ਪਿੰਨੀਆਂ ਤੇ ਪਿੰਨੀਆਂ ਵਾਸਤੇ ਪਿਛਲੀ ਵੀਡੀਓ ਚ ਆਇਆ ਸੀ ਕਿ ਆਟਾ ਜਿਹੜਾ ਨਾ ਪੀਸਿਆ ਖੁਦ ਚੱਕੀ ਤੇ ਇਹ ਜਿਹੜੀ ਦਾਬਰੀ ਨੇ ਇਹ ਫੁੱਲ ਮਾਸ਼ਾਲਾ ਭੜੀ ਥੋੜੀ ਥੋੜੀ ਥੱਲੇ ਹੀ ਬਸ ਤੇ ਇਹ ਹੁਣ ਸਾਨੂੰ ਕੰਮ ਲੱਭਾ ਹੈ ਕਿ ਇਹਨੂੰ ਧੁੱਲਣਾ ਤੇ ਇਹ ਘਰ ਇਹ ਤਰੱਕਰੀ ਕਹਿੰਦੇ ਨੇ ਇਹਨੂੰ ਕਾਫੀ ਪੁਰਾਣੀ ਸਾਡੇ ਘਰ ਨਾਲ ਕਾਫੀ ਪੁਰਾਣੀ ਹੈ ਤੇ ਵੈਸੇ ਸਾਫ਼ ਹੈ ਉਂਝ ਕਲਰ ਥੋੜਾ ਇਹਦਾ ਇਸ ਤਰ੍ਹਾਂ ਦਾ ਹੋ ਗਿਆ ਤੇ ਆਟਾ ਕਿਉਂ ਧੁੱਲਣ ਦੇ ਅੰਮੀ ਜੀ ਨੇ ਕਿਹਾ ਕਿ ਆਟਾ ਤੋਲ ਲਓ ਉਹ ਇਸ ਵਾਸਤੇ ਕਿ ਪਤਾ ਚੱਲ ਜਾਏਗਾ ਕਿੰਨਾ ਫਿਰ ਉਸ ਹਿਸਾਬ ਨਾਲ ਜਿਹੜੀ ਚੀਨੀ ਆ ਫਿਰ ਕਹਿੰਦੇ ਨੇ ਫਿਰ ਗੁੜ ਵਾਲੀਆਂ ਬਣਾਉਣੀਆਂ ਨੇ ਫਿਰ ਗੁੜ ਲੈਵਾਂਗੇ ਉਸ ਹਿਸਾਬ ਨਾਲ ਤੇ ਮੈਂ ਨੀ ਹਾਂ ਵੀ ਅੰਦਾਜ਼ਾ ਲਾ ਲਓ ਕਿੰਨਾ ਦੇ ਕੀ ਕਹਿੰਦੇ ਨਹੀਂ ਤੋਲ ਲਓ ਤੇ ਮੈਂ ਤੇ ਕਿੰਨੀ ਚਿਰ ਨਾ ਹੁਣ ਆਟਾ ਤੋਲਣ ਦੇ ਤੋਲ ਕੇ ਦੱਸ ਨਾ ਕਿੰਨਾ ਹੋਇਆ ਨਹੀਂ ਆਏ ਵੀ ਖਾਣੀਆਂ ਗੁੜ ਆ ਗਈਆਂ ਆਟਾ ਜਿਹੜਾ ਨਹੀਂ ਤੋਲ ਲਿਆ ਘਰ ਵਾਲੀ ਤਰੱਕੀ ਤੇ ਹੋਇਆ ਏ 6.5 ਕਿਲੋ 6 ਕਿਲੋ ਤੇ ਆਧਾ ਕਿਲੋ ਤੇ ਅੱਜ ਜਿਹੜਾ ਨਾ ਮੈਂ ਸਾਰੀ ਵੀਡੀਓ ਬਣਾਵਾਂਗੀ ਪੰਜਾਬੀ ਚ ਕਿਉਂਕਿ ਪਰੇ ਮਤਲਬ ਜਿਹੜੇ ਪੰਜਾਬ ਦੇ ਨੇ ਨਾ ਉਹ ਕਹਿੰਦੇ ਨੇ ਕਿ ਵੀਡੀਓ ਇੱਕ ਵੀਡੀਓ ਬਣਾ ਰਹਾ ਪੰਜਾਬੀ ਚ ਤੇ ਉਹਨਾਂ ਵਾਸਤੇ ਅੱਜ ਜਿਹੜਾ ਮੈਂ ਥੋੜਾ ਪੰਜਾਬੀ ਚ ਅੱਜ ਵੀਡੀਓ ਬਣਾਵਾਂਗੀ ਤੇ ਜਿਨ੍ਹਾਂ ਨੂੰ ਪੰਜਾਬੀ ਦੀ ਨਹੀਂ ਸਮਝ ਆਉਂਦੀ ਉਹਨਾਂ ਵਾਸਤੇ ਮਾਜ਼ਰਤ ਥੋੜੀ ਬਹੁਤੀ ਤੇ ਆਉਂਦੀ ਹੋਣੀ ਹੈ ਇਹ ਹੀ 1 ਕਿਲੋ ਦਾ ਵੱਟਾ ਕਹਿੰਦੇ ਨੇ ਤੇ ਇਹ 2 ਕਿਲੋ ਦਾ ਤੇ ਦੋ ਦਫ਼ਾ ਹੀ ਤੋਲਿਆ ਤੇ 6 ਕਿਲੋ ਤੇ ਥੋੜਾ ਜਿਹਾ ਉੱਤੇ ਵੱਧ ਹੀ ਉਹ ਅੰਦਾਜ਼ ਨਾਲ ਹੀ ਕਹਿ ਰਿਹਾ ਕਿ 1/2 ਕਿਲੋ ਆਮਿਸ਼ ਨੂੰ ਹੋਰ ਕੋਈ ਕੰਮ ਨਹੀਂ ਨਜ਼ਰ ਆਇਆ ਆਮਿਸ਼ ਅੰਡੇ ਗਿਣਨ ਲੱਗ ਪਿਆ ਜਿਹੜੇ ਆਮਿਸ਼ ਦੀਆਂ ਮੁਰਗੀਆਂ ਨੇ ਦਿੱਤੇ ਨੇ ਬਾੜਾ ਕਿੰਨੇ ਹੋਏ ਨੇ ਬਾੜਾ ਹੋਰ ਨਹੀਂ ਆਇਆ ਫ੍ਰਿਜ ਚ ਜਿਹੜੇ ਹੁਣ ਖਰੇ ਆਏ ਹੋਏ ਚਰਾਸ ਚਰੇ ਇਹ ਵੀ ਇਹ 33ਵੇਂ ਤਰੀਕ ਹੈ ਇਹ ਉਹ ਗਿੰਡੀ ਕਾ ਹੈ ਇਹ ਦੋ ਗਿੰਡੀ ਕੇ ਹੈ ਇਹ ਡਿੰਗਾ ਡੁੰਗਾ ਯਾ ਅੰਡੇ ਡਿੰਗੇ ਹੈ ਇਹ ਵੀ ਡਿੰਗਾ ਹੈ ਤਾਂ ਸਹੀ ਨੇ ਨਾ ਅੰਡੇ ਤੇ ਹੈ ਨਾ ਭਾਂ ਡਿੰਗੇ ਨੇ ਇਹ ਸਹੀ ਦੇਸੀ ਅਸਲੀ ਦੇਸੀ ਹੈ ਕਲਰ ਇਸ ਕਾ ਹੈ ਨਾ ਇਹ ਤੇ ਇਹਨਾਂ ਇੱਕ ਜੈਸੇ ਹੀ ਹੈ ਇਹ ਵੀ ਇੱਕ ਜੈਸੇ ਤੇ ਇਹਨੇ ਜੋਰ ਕੇ ਕੀ ਕਰਨਾ ਹੈ ਸਰਦੀਆਂ ਵਿੱਚ ਖਾਏਗੇ ਆ ਬਸ ਸਰਦੀ ਆ ਗਈ ਹੈ ਸਰਦੀਆਂ ਹੁਣ ਲੰਘ ਚਲੀਆਂ ਨੇ ਕਿ ਤੋ ਵੇਚੇਂਗੇ ਫਿਰ ਨਹੀਂ ਵੇਚੇਂਗੇ ਹੋਰ ਕੀ ਕਰਨਾ ਹੈ ਫਿਰ ਕਿਸ ਕੋ ਦੇਣਾ ਫਿਰ ਆਪ ਹੀ ਖਾਵਾਂਗੇ ਬੜਾ ਮਹਿੰਗਾ ਆੜਾ ਪਤਾ ਮੈਨੂੰ ਮਹਿੰਗਾ ਹੀ ਹੈ डब्बे च मैं ही पा के रखे रमी कहंदे हन कि डब्बे च पा के ना अलग रखी मैनू नहीं पता तुसी रखे ने ना चल रखिया फिर उठ रखा नहीं चले आ ते बर्गर बना लांगे ना ਰੱਖ ਕੇ ਆ ਖਾਣੇ ਨੇ ਬਰਗਰ ਨਾਲ ਬਰਗਰ ਨਾਲ ਲੰਗਾ ਚਾਹੀਦਾ ਨਾ ਦੇਸੀ ਅੰਡੇ ਅਮਿਸ਼ ਕੋਲ ਲੋ ਆ ਕੇ ਫ੍ਰੀ ਦੇਗਾ ਤੁਹਾਨੂੰ ਫ੍ਰੀ ਤੋ ਉਹਨਾਂ ਨੂੰ ਦੇਣ ਦੇਣੇ ਕੁਝ ਅਸੀਂ ਉਹਨਾਂ ਨੂੰ ਫ੍ਰੀ ਦੇ ਜਾਈਏ ਉਹਨਾਂ ਕੋਲ ਨਹੀਂ ਮੁਰਗੀਆਂ ਹੈ ਉਹ ਕੀ ਦੇਣ ਦੇ ਨੂੰ ਉਹ ਰੱਖ ਲੈਣਾ ਆਪੀ ਮੁਰਗੀਆਂ ਚਲੋ ਕਰ ਲੈਣ ਆ ਗਏ ਤੇਰੇ ਕੋਲ ਨੂੰ ਤੇ ਮੈਂ ਕਿਹੜਾ ਦੇਣ ਟੋਟਿਆ ਵਾ ਅਮਿਸ਼ ਕਹਿਣ ਦੇ ਆ ਮਾਨੋ ਜੇਰੀ ਨਾ ਧੁੱਪ ਚ ਬੈ ਕੇ ਤੇ ਮਜ਼ੇ ਲੈਂਦੀ ਹੈ ਵੀ ਧੁੱਪ ਦੇ ਕੈਮਰੇ ਵਾਲ ਵੇਂਦੀ ਹੈ ਭਈ ਪਤਾ ਚੱਲ ਗਿਆ ਉਹਨੂੰ ਵੀ ਵੀਡੀਓ ਬੰਦੀ ਰਹਿੰਦੀ ਅਮਿਸ਼ ਦੀ ਵੀਡੀਓ ਬਣਾਉਣ ਦੇ ਚੱਕਰਾਂ ਚ ਨਾ ਮੈਂ ਇੱਥੇ ਇਸਤਰੀ ਕਰਨ ਲੱਗੀ ਹਾਂ ਕੱਪੜੇ ਅਮਿਸ਼ ਦੇ ਇਸਤਰੀ ਜਿਹੜਾ ਨਾ ਮੈਂ ਆਨ ਕਰਕੇ ਗਈ ਹਾਂ ਫੁੱਲ ਗਰਮ ਹੋ ਗਈ ਉਹਨੀ ਅਮਿਸ਼ ਅੰਡੇ ਲੈ ਕੇ ਗਿਆ ਮੈਂ ਕਿਆ ਦੇਖਣੀ ਕੀ ਕਰਦਾ ਤੁਹਾਨੂੰ ਫਟਾਫਟ ਜਿਹੜਾ ਨਾ ਅਮਿਸ਼ ਦੇ ਕੱਪੜੇ ਇਸਤਰੀ ਕਰ ਲੈਂਦੇ ਹਾਂ ਅੰਮੀ ਹੋਰਾਂ ਲਿਆ ਕੇ ਰੱਖੀਏ ਇਹ ਵੇਖੋ ਇਹਦੇ ਕੰਮ ਚੈੱਕ ਕਰੋ ਪਿੰਨੀਆਂ ਵਾਸਤੇ ਅੰਮੀ ਹੋਰਾਂ ਲਿਆ ਕੇ ਰੱਖਿਆ ਗੁੜ ਤੇ ਮੂੰਗਫਲੀ ਹੁਣ ਪਤਾ ਨੀ ਕੀ ਹੈ ਤੇ ਬਿੱਲੀ ਨੂੰ ਫੜਾਇਆ ਬਿੱਲੀ ਇੱਥੇ ਰੱਖ ਗਈ ਟੇਬਲ ਤੇ ਤੇ ਉਹ ਮੈਡਮ ਆ ਕੇ ਚੈੱਕ ਕਰੋ ਸ਼ਾਪਰ ਫਾਰ ਫੂਰ ਕੇ ਨਾ ਬੜੇ ਚਸਕੇ ਲਾਨੀ ਹੈ ਤੂੰ ਬੜੀ ਇਸ ਤਰ੍ਹਾਂ ਕੀ ਚੀਜ਼ੇ ਖਾਤੀ ਨਿਮਕੋ ਪਾਪੜ ਇਤਨੇ ਹੀ ਖਾਤੀ ਹੈ ਨਾ ਸਹੀ ਬਾਤ ਬੱਚੂ ਨੇ ਅਗਰ ਪਕੜੇ ਹੋ ਔਰ ਇਹ ਦੇਖੋ ਅਭੀ ਬਿੱਲੀ ਕੀ ਹੋਣੀ ਹੈ ਅੱਛੀ ਭਲੀ ਅੰਮੀ ਸੇ ਬਿੱਲੀ ਦੀ ਤੇ ਮੇਰੀ ਜਾਨ ਉਹਨਾਂ ਕਿਤੇ ਸਕੂਨ ਨਹੀਂ ਹੈ ਕੰਮ ਸ਼ਮ ਕਰਕੇ ਬੈਠੇ ਆ ਤੇ ਜਿਹੜਾ ਨਾ ਮਹਿਮਾਨ ਥੋੜੇ ਜਿਹੇ ਆ ਗਏ ਨੇ ਰਹਿਮਤ ਆਈ ਅੱਲਾਹ ਤਾਲਾ ਦੀ ਤੇ ਬਿੱਲੀ ਨੂੰ ਕਿਆ ਚੀਜ਼ਾਂ ਕਰ ਤੇ ਮੈਂ ਜਿਹੜਾ ਨਾ ਇੱਥੇ ਬਣਾ ਲੱਗੀ ਹਾਂ ਚਾਏ ਦੁੱਧ ਪੱਤੀ ਮਹਿਮਾਨੋ ਕੇ ਲੀਏ दूध को अभी यहाँ पे मैंने जाग लगानी है मतलब के दही बनने के लिए रखना है
और मैं जो है ना साथ यहाँ पे बैठ के खा रही हूँ दाल, देख ले देजगी माशाल्लाह, यहाँ यहाँ किधर गया है, यहाँ यहाँ तक बड़ी हुई थी और कितनी कराया गई है ये माशाल्लाह। आपको पता है काफ़ी ज़्यादा माशाल्लाह हमारी फैमिली में लोग हैं, इतने ज़्यादा भी नहीं है माशाल्लाह, सही है। तो खाते थे सब दो दो तीन तीन टाइम और बस ये रह गई है। और अहमद को पसंद थी ना तो आज गया है ना वो, तो अम्मी ने जो है ना उसे डब्बे में डाल दी थी, वो तीन टाइम खाता था तो अम्मी ने जो है ना उसे डब्बे में डाल के दी थी। चलो उधर जाके तो खा लिया करेगा। मैं यहाँ पे बैठ के अभी खा रही थी, ये थोड़ी सी रह गई है, और ये जो डब्बा नहीं ये बाल्टी के ऊपर, इसमें थोड़ी सी रखी हुई है अम्मी ने बचा के अबू जी के लिए अलग से। अबू जी बस सुबह टाइम खाते हैं, अम्मी को पता था इन्होंने ख़त्म कर देनी, अबू जी के लिए साइड पे कर देती हूँ। अभी मैं खा रही हूँ क्योंकि मेरा जिस दिन से बनी है ना, मैं डेली तकरीबन रात को जब सोने लगती हूँ सारे सो गए होते हैं, मैं वीडियो एडिट करने के बाद एंड पे सोती हूँ ना, जब मैं फिर आती हूँ तकरीबन 10-10:30 बजे यहाँ पे, थोड़ी सी नहीं खा के जाती हूँ। अभी जाग लगाएंगे फिर अंदर चलेंगे। ये मैं दिखाई देती हूँ आपको उतार के, और साथ आपको बताना है कि एक मिनट, ये है थोड़ी सी जो मैंने साइड पे रखी है अब्बू जी के लिए। तो पिनिया आज बनानी थी, मतलब मैंने बड़े मजे से आज जो है ना पंजाबी में वीडियो शुरू की थी, पिनिया बनानी थी आज, लेकिन वो थोड़ा सा मैंने बनाया ना, वो चाय पका रही थी मेहमानों के लिए, मेहमान आ गए फिर उनके साथ थोड़ा मतलब बिजी हो गए पानी वगैरह देना, दो दफा तो मुझे चाय बनानी पड़ी थी। एक दफा उन्होंने पी, जब वो आए थे एक दफा जाने लग गए थे तो कहते हमें चाय बना के दे, फिर बनाई, उसके बाद आहिस्ता आहिस्ता रात के खाने की तैयारी की, तो पिनिया हमारी उधर ही रह गई। तो वो जो है ना इंशाल्लाह हम सुबह बनाएंगे, सारी चीजें हमने रेडी कर दी हुई हैं, लेकिन जो है ना मेहमान आ गए उधर थोड़ा हम बिजी हो गए, तो फिर जो है ना पिनिया आज नहीं बनी, तो सुबह जो है ना इंशाल्लाह हम बनाएंगे पिनिया, तो आपके साथ शेयर भी करेंगे। मेरा माइंड था कि मतलब सुबह बनाएंगे खाना वगैरह बना कर उसके बाद पिनिया बना लेंगे, तो फिर मैंने कहा नहीं चले मतलब जितनी बन गई है ना वीडियो ये शेयर करेंगे, और पिनिया जो है ना अगली वीडियो में बना के तो आपके साथ हम शेयर कर लेंगे, क्योंकि वीडियो जो है ना मैंने मिस नहीं करनी। तो ये अभी जो है हम रख देते हैं, तो फिर चलते हैं अभी अंदर।